ਤਾਂ ਜੀ ਸਭ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਹੁਣੇ ਸਕੂਲੋਂ ਆਏ ਸੀ ਤੇ ਮੁੰਡੇ ਕਿੱਧਰੋਂ ਪਹੁੰਚ ਗਏ ਮਿੰਦੀ ਗੱਲ ਤਾਂ ਸੁਣ ਆਹ ਦੇਖੋ ਵਿਆਹ ਤੇ ਲੈਣ ਆ ਗਏ ਯਾਰ ਮੈਨੂੰ ਅੱਜ ਹੋਰ ਕੰਮ ਸੀ ਅੱਜ ਆਪਣਾ ਵਲੌਗ ਵੀ ਇਹ ਮਿਸ ਕਰਾਉਣਗੇ ਆਹ ਮੇਰੇ ਦੇਖੋ ਟਰੈਕ ਸੂਟ ਪਾਇਆ ਹੋਇਆ ਮੈਨੂੰ ਕਹਿੰਦੇ ਵਿਆਹ ਤੇ ਜਾਣਾ ਹੁਣ ਤਿਆਰ ਕਰਾਈ ਜਾਂਦੇ ਆ ਪੱਕੀ ਗੱਲ ਹੁਣ ਨਹੀਂ ਛੱਡਦੇ ਆਹ ਯਾਰ ਆਹ ਵੀ ਲਿਬੜੀ ਪਈ ਸੀ ਇਹ ਵੀ ਧਵਾਉਣੀ ਸੀ ਹੋਰ ਮੈਂ ਬਲੌਗ ਬਲੂਕ ਬਣਾਉਣਾ ਸੀ ਅੱਜ ਬਲੌਗ ਬਲੂਕ ਬਣਾਉਣਾ ਸੀ ਆਹ ਦਿਨ 'ਚ ਤਿੰਨ ਵਾਰੀ ਦਿਨ 'ਚ ਤਿੰਨ ਵਾਰੀ ਬਰੋ ਤੇ ਟਰੈਕਟਰ ਵੀ ਧਵਾਉਣ ਵਾਲਾ ਕੱਲ੍ਹ ਉਹਦੀਆਂ ਲਾਈਟਾਂ ਲੁੱਟਾਂ ਦਾ ਕੰਮ ਜਿਹਾ ਕਰਾਇਆ ਫਿਰ ਉਸ ਤੋਂ ਬਾਅਦ ਧਵਾਉਣਾ ਸੀ ਧਵਾਇਆ ਨਹੀਂ ਗਿਆ ਚਲੋ ਫਿਰ ਹੁਣ ਵਿਆਹ ਤੇ ਕੱਢੇ ਉਹਨੇ ਗੇੜਾ ਰਾ ਕੇ ਬਣਾਵਾਂ ਬਲੌਗ ਇੱਕ ਯਾਰ ਕੰਮ ਕਰਨਾ ਸੀ ਆਪਾਂ ਅੱਜ ਇਹਦੇ ਬਦਲਨੇ ਸੀ ਟਾਇਰ ਸਲਾਂਸਰ ਲੈ ਜਾ ਯਾਰ ਤੂੰ ਇਹ ਤਾਂ ਹੁਣ ਮੇਰੇ ਪੈਪ ਲੱਗੀ ਪਰ ਯਾਰ ਜਾਲੀ ਵਾਲਾ ਯਾਰ ਤੂੰ ਉੱਥੋਂ ਲੈ ਲਈ ਤੁਹਾਡੇ ਨੇੜੇ ਮਿਲ ਜਾਂਦਾ ਖੰਨੇ ਬਹੁਤ ਵਧੀਆ ਆਹ ਤੇ ਮੇਰੇ ਤਾਂ ਪੈਪ ਲੱਗੀ ਹੋਈ ਆ ਆਵਾਜ਼ ਸੁਣੀ ਤਾਂ ਇਹਦੇ ਨਾ ਸੀਟੀ ਦੇ ਕਿੰਨੀ ਮਾਰਦਾ ਬਾਕੀ ਰਾਹ ਤਾਂ ਲਾਈਟਾਂ ਦਾ ਕੰਮ ਕਰਾਇਆ ਸੀ ਆਹ ਦੇਖ ਉਹ ਚਿੱਟੀ ਕਰਤੀ ਵਿੱਚ ਵਾਲੀ ਦੇਖ ਦਿਲ ਭਰਾ ਕੇ ਬਾਕੀ ਹੁਣ ਨਹੀਂ ਹਟਦੇ ਲੈ ਕੇ ਜਾਓਗੇ ਵਿਆਹ ਤੇ ਸਲਾਂਸਰ ਤੂੰ ਮੁੜਦਾ ਹੋਇਆ ਲੈ ਜੀ ਆਪਣਾ ਸਲਾਂਸਰ ਦੱਪਣ ਨੂੰ ਫਿਰਦਾ ਇਹ ਤੇ ਤੁਹਾਨੂੰ ਪਤਾ ਉਹ ਸਲਾਂਸਰ ਜਮਾਂ ਹੀ ਖਾਲੀ ਆ ਮੇਰੇ ਵਾਲਾ ਇੱਕ ਵੀ ਜਾਲੀ ਨਹੀਂ ਨਹੀਂ ਤਾਂ ਜਿਹੜਾ ਗਰਜੀਤ ਵਾਲਾ ਗਰਜੀਤ ਵਾਲਾ ਸਲਾਂਸਰ ਉਹ 'ਚ ਜਾਲੀ ਪਾਈ ਹੋਈ ਆ ਉਹ ਤੋਂ ਮੰਗ ਲਾ ਉਹ ਜੀ ਕਹਿੰਦੇ ਮਹਿੰਦੀ ਨੇ ਕਰ ਲਿਆ ਸੀ ਆਪਾਂ ਨੂੰ ਤਿਆਰ ਦੇਖੋ ਕੱਪੜੇ ਕੁੱਪੜੇ ਪਵਾ ਲਏ ਬਾਕੀ ਮਹਿੰਦੀ ਰੈੱਡ ਹੋਰਸ ਹੀ ਚੱਕੀ ਫਿਰਦਾ ਹੈਂ ਗੁਰਜੀਤ ਵਾਲਾ ਰੈੱਡ ਹੋਰਸ ਦਿਲ ਵਰ ਤੁਹਾਡਾ ਨਾ ਇਹ ਸਾਲੇ ਬੰਦ ਕਰ ਗਾਣੇ ਕਾਪੀ ਰਾਈਟ ਆਜੂ ਇਹਨਾਂ ਦਾ ਰੈੱਡ ਹੋਰਸ ਆ ਕਹਿੰਦੇ ਇਹ ਫੇਰ ਚੱਲ ਪਏ ਗਾਣੇ ਤੇ ਚਲੋ ਫਿਰ ਹੁਣ ਵਿਆਹ ਤੇ ਪਹੁੰਚ ਕੇ ਮਿਲਦੇ ਹਾਂ ਤੇ ਦਿਖਾਉਂਦੇ ਹਾਂ ਤੁਹਾਨੂੰ ਉੱਥੇ ਤੱਕ ਦੀਨਾ ਵਿੱਚ ਦੀ ਤੇ ਮਹਿੰਦੀ ਆਪਾਂ ਨੂੰ ਲਾ ਗਿਆ ਸੀ ਤੇ ਬਾਕੀ ਆਹ ਦੇਖੋ ਕੱਪੜੇ ਲਿਬੜ ਜਾਣੇ ਬੜੇ ਹੋ ਜਾਓ ਤੇ ਬਾਕੀ ਹੁਣ ਆਪਾਂ ਦੇਖਦੇ ਹਾਂ ਟਾਈਮ ਹੈਗਾ ਹਜੇ ਤਾਂ ਥੋੜ੍ਹਾ ਟਾਈਮ ਹੀ ਹੋਇਆ ਅਤੇ ਆਪਾਂ ਟਾਈਮ ਨਾਲ ਹੀ ਮੁੜ ਆਏ ਉੱਥੇ ਕਿਉਂਕਿ ਫਿਰ ਵਿਆਹ ਤਾਂ ਕੋਈ ਹੈ ਨਹੀਂ ਸੀ ਦੇਖ ਮੋਟੂ ਦੇਖ ਮਸਤ ਜਾਂਦਾ ਘੋੜੀਆਂ ਗਵਾ ਕੇ ਬਾਕੀ ਹੁਣ ਆਪਾਂ ਦੇਖਦੇ ਹਾਂ ਗ੍ਰੀਨ ਹੋਰਸ ਨੂੰ ਉਹਨੂੰ ਧਵਾ ਕੇ ਲੈ ਕੇ ਆਉਂਦੇ ਹਾਂ ਲਿਬੜਿਆ ਕੱਲ੍ਹ ਤਾਂ ਬਹੁਤ ਪਿਆ ਤੁਸੀਂ ਦੇਖਿਆ ਹੀ ਸੀਗਾ ਅਤੇ ਉਹਨੂੰ ਲੈ ਕੇ ਚੱਲਦੇ ਹਾਂ ਅਤੇ ਦਿਖਾਉਂਦੇ ਹਾਂ ਤੁਹਾਨੂੰ ਲਓ ਜੀ ਹਾਲਤ ਦੇਖੋ ਕਿੰਨੀ ਗੰਦੀ ਹੋਈ ਪਈ ਆ ਉਹ ਮਸ਼ੀਨ ਚਲਾਈ ਸੀ ਨਾ ਉਹ ਮਸ਼ੀਨ ਨੇ ਸਾਰਾ ਗੰਦ ਪਾਤਾ ਅਤੇ ਚਲੋ ਹੁਣ ਆਪਾਂ ਇਹਨੂੰ ਚੱਲੀਏ ਧਵਾ ਕੇ ਲਿਆਈਏ ਅਤੇ ਦਿਖਾਉਂਦੇ ਹਾਂ ਤੁਹਾਨੂੰ ਇਹ 'ਚ ਤਾਂ ਹੀਟਰ ਹੈ ਨਹੀਂ ਤਾਂ ਹੀਟਰ ਲਾ ਕੇ ਸਟਾਰਟ ਕਰਦਾ ਜੀ ਦੇਖੋ ਬੁਰੀ ਹਾਲਤ ਹੋਈ ਪਈ ਆ ਅਤੇ ਬਾਕੀ ਹੁਣ ਆਪਾਂ ਲੈ ਕੇ ਚੱਲਦੇ ਹਾਂ ਪੂਰਾ ਧੋ ਕੇ ਆਪਾਂ ਆਪ ਹੀ ਧੋ ਲੈਣਾ ਉੱਥੇ ਜਾ ਕੇ ਅਤੇ ਦਿਖਾਉਂਦੇ ਹਾਂ ਤੁਹਾਨੂੰ ਜੀ ਕਹਿੰਦੇ ਕਾਰ ਵਾਸ਼ 'ਤੇ ਪਹੁੰਚ ਗਏ ਸੀ ਚੱਕ ਲਿਆ ਹਥਿਆਰ ਕਹਿੰਦੇ ਮੁੰਡੇ ਨੇ ਪੂਰਾ ਐਨ ਕੱਢਦੇ ਹੋਣੇ ਠੀਕ ਆ ਹਾਲਤ ਦੇਖੋ ਕੀ ਹੋਈ ਪਈ ਆ ਬੁੱਧੇ ਦੇ ਕੰਮ ਅਤੇ ਪੂਰਾ ਐਨ ਪੂਰਾ ਦੇਖੋ ਉੱਤੇ ਵੀ ਸ਼ੋਅ ਚਿੱਟੀ ਹੋਈ ਪਈ ਆ ਸਾਬਣ ਸੁਬਣ ਮਾਰਦੇ ਠੀਕ ਆ ਪੂਰੇ ਅਤੇ ਇਹਨੂੰ ਪੂਰਾ ਐਨ ਚਮਕਾ ਕੇ ਫਿਰ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਅਤੇ ਕਰਦੇ ਹਾਂ ਕੁਛ ਅੱਗੇ ਕਰ ਦਈਏ ਥੋੜ੍ਹੇ ਅੱਗੇ ਕਰ ਦਈਏ ਅਤੇ ਫਿਰ ਦਿਖਾਉਂਦੇ ਹਾਂ ਤੁਹਾਨੂੰ ਜੀ ਕਹਿੰਦੇ ਹੋ ਗਈ ਸਟਾਰਟ ਧੁਆਈ ਦੇਖੋ ਚਮਕਦਾ ਅਜੇ ਤਾਂ ਪਾਣੀ ਵੀ ਮਾਰਿਆ ਇਕੱਲਾ ਸਾਬਣ ਸੁਬਣ ਮਾਰਾਂਗੇ ਅੱਜ ਪੂਰਾ ਸਿਰਾ ਕੰਮ ਕਰ ਲੈਣਾ ਪੂਰਾ ਬਾਕੀ ਲਾਈਟਾਂ ਦੇਖ ਲਓ ਸੋਹਣੀਆਂ ਲੱਗਦੀਆਂ ਨਾ ਅਤੇ ਬਾਕੀ ਚਲੋ ਹੁਣ ਧਵਾ ਕੇ ਤੁਹਾਨੂੰ ਮਿਲਦੇ ਹਾਂ ਅਤੇ ਦਿਖਾਉਂਦੇ ਹਾਂ ਉਹ ਉੱਧਰ ਧੋਈ ਜਾਂਦੇ ਆ ਨੱਬੇ ਅੰਪੇਅਰ ਦਾ ਅਲਟੀਨੇਟਰ ਲਾਇਆ ਹਜੇ ਤਾਂ ਇਹ 'ਚ ਬਾਕੀ ਕਹਿੰਦੇ ਮੁੰਡਾ ਕਰੀ ਜਾਂਦਾ ਤਿਆਰ ਮੈਂ ਹੁਣ ਇਹਦੇ ਵੀ ਆਪਾਂ ਟਾਇਰ ਬਦਲ ਦੇਣੇ ਇੱਕ ਅੱਧੇ ਮਹੀਨੇ 'ਚ ਆਹੀ ਬਦਲ ਕੇ ਨਵੀਂ ਪਾ ਦਿੰਦੇ ਹਾਂ ਇਹਦੇ ਨਾਲ ਦੇ ਆਪਣੇ ਵਾਲੇ ਉਹਨਾਂ ਨੇ ਤਾਂ ਬਦਲਨੇ ਅਗਰ ਜੀ ਦਿਓ ਪਾਵਾਂਗੇ ਉਹ ਉੱਧਰ ਉਹ ਹੋ ਗਈ ਸਪਰੇ ਬਾਈ ਨੇ ਬਿਨਾਂ ਹੀ ਕਰਤੀ ਚਲੋ ਇੱਥੋਂ ਹੀ ਦੇਖ ਲਓ ਹੈ ਤੁਸੀਂ ਦੂਰੋਂ ਹੀ ਅਤੇ ਚਲੋ ਫਿਰ ਉਹਨੂੰ ਧਵਾ ਧਵੂ ਕੇ ਆਪਾਂ ਲੈ ਕੇ ਚੱਲਦੇ ਹਾਂ ਅਤੇ ਦਿਖਾਉਂਦੇ ਹਾਂ ਰਾਜਨ ਕਹਿੰਦੇ ਹੁਣ ਆਵਾਜ਼ ਸੁਣਾਉਣ ਲੱਗਿਆ ਟਰੈਕਟਰ ਦੀ ਹਾਲਤ ਕੀ ਆ ਓਏ ਇਹ ਚੋਂ ਢੋਲ ਗਈ ਤਾਜ਼ੀ ਤਾਜ਼ੀ ਹੋਈ ਕੱਢੀ ਆ ਥੋੜ੍ਹਾ ਟਾਈਮ ਹੀ ਆਵਾਜ਼ ਸੋਹਣੀ ਆ ਹਨਾ ਪਟਾਕਾ ਜਿਹੜਾ ਇਹਦੀ ਰੇਸ ਵਾਲੀ ਖੋਲੀ ਹਜੇ ਤੂੰ ਛੱਡ ਪਰੇ ਕਾਹਨੂੰ ਰਾਜਨ ਨੇ ਦੱਬ ਜਾਣਾ ਹੈ ਆਵਾਜ਼ ਘੈਂਟ ਆ ਪਰ ਇਹਦੀ ਪਟਾਕਾ ਤਾਂ ਉਦੋਂ ਮਾਰੂ ਵਿੱਚ ਜਾਂ ਤਾਂ ਪੈਟਰੋਲ ਦੇ ਸਿੱਟੋ 100 ਰੁਪਏ ਦਾ ਟਰੈਕਟਰ ਧੋਤਾ ਗਿਆ ਅਤੇ ਇੱਥੇ ਆਪਾਂ ਰੀਲਾਂ ਰੂਲਾਂ ਜੀਆਂ ਬਣਾਉਂਦੇ ਸੀ ਅਤੇ 14 ਲੈ ਆਏ ਸੀ ਸਰਪੰਚ
मुंडे ने कहते सिरा ही कराता बहुत घेंट रीलां बनिया इंस्टाग्राम से कर लो चेक अक्ष गरेवाल 210 ते बाकी पूरा एन सिरा कम हैं पूरी एन सिरा सिनेमैटिक सिनेमैटिक बनाई ने वाह देखो पूरी घेंट घेंट रीलां ये सारिया इंस्टाग्राम से मिल गई तो अक्ष गरेवाल जाके कर लो फॉलो कर लो तो बाकी चलो होर दो चार फोटो खिंच के तो फिर चलते आप राजन वाला भी कहने धोई तो जाते हैं तो राहुल वाली गड्डी भी ये धोता तो गया तो हूँ खड़ते हैं सारा को धवा के लैके चलते हैं सरपंचा तेरे वाली भी धोनी है ट्योस वह देखो ट्योस खड़ी वह भी धोनी अपने ही अपने ही चलो धवा धो के हूँ देखते आप जी आर आठ को चलते हैं तो दो चार काम कराने दिखाने नाल जी लो जी दोनों ट्रैक्टर धोते गए राजन वाला भी कहने चमकदा देखो पूरा तो आ भी धोता गया तो आप हम चलते हैं जे आर आठ को उत्थे पहुँच के मिलते हैं थोनू तो दिखाने चाबी तो ले जा गुरजीत चाबी तो ले जा चौक तो छड़ दे यार ले आ चलो जी हूँ उरे लाने आपू तो कराने टेप टूप थोनू दिखाने अज शायद आप हुड ला दीए हूँ लंडा रखा दो चार दिन बिना हुड तो थोनू दिखाने नाल दी नाल घर चल के लावे उड़े तो आप टेप टूप करा के फिर लै चल लेंगे ला दे उत्थे नेड़े उत्थे ला दे बंदे को टायर बदल चलेंगे ना टायर कोई नहीं आप सच हाँ जी वह भी थोड़ा दसना सी भी टायर भी ये हूँ आप बदलने एक अद्धे दिन करते हैं टायर का कम गुरजीत वाले आह पावे तो पहला हूँ आह जो अपना हीट कट आता यह करा लीए आप दोनों हीट कट हूँ स्मोक कराते उधरला होना यह करी जाता भाई तो होर दो चार काम कराने जी कहते आप यूट्यूब वाली आई डी कढ़ा दी मगर लगानी है सिस्टम के तो बाकी स्मोक हो गए देखो हीट गार्ड सोहने लगते स्मोक स्टिकर तो हजे असी लवाना नहीं स्टिकर गाह लवावे हजे आई स्मोक ही रखने आई सोहने लगते देखो तो हूँ आप यूट्यूब का लोगो लवाने मगर अच्छे छतरी के उत्ते दिखाने थोनू कहते चलो कर दे भाई जमा ही साइड ते लाई बड़ा खुश होया अच्छा फोन आया हो मुंडे नूं कहिंदे तां खुश होया होया पूरी एन घेंट हां चक्को जमा ही सीधी करके ला दे भाई देखो कहिंदे बन गई गलबात पूरी सिरा करा छड्डिया जे आर भाई ने ते बाकी हीट गार्ड भी तुसीं देख ले निकल गया नाट भी आप नवा पाने हुड देख दे हूं घरे जाके हुड खोल दे आप बिना हुड तो रखा आ पत्तियां रख लिये पत्तियां भी खोल दी हां कली यू ते रख दे ते चलो फिर घरे चल के मिलते हैं दिखाने हो गए मेरे 3700 हो गए पांच हजार कर दो इतने को नवा आ जाना ड्राइवर की गल हूँ मान लो सारे जने कर दो सबसक्राइब आओ जी आप घरे पहुँच चुके हैं तो आप स्टिकर स्टुकर का काम जो करा लिया बाकी आगर जीत तो मैं फड़ के लिया जल उन्होंने घर लाने गया देखो ये हैगा आज स्टेयरिंग का जंग नहीं पै गया कलू आप स्टेयरिंग साफ कर दें सवेरे उठ के पूरा एन चमका देना ये ना दूजी आ जी क्रोम वाली हो होंगी है कि कहें पाउडर हों पाउडर जो जिमें आप ला के आ जंग सारा लै जाना कलू स्टेयरिंग खोल के पूरा एन मलते हैं तो दिखाने थोड़ू नाल दी नाल बाकी लाइटा बंद कर दी गिया चलती सी लो जी अज है अगला दिन तो आप आए थे मिस्त्री जी को गोटी फड़ना आप खोलना स्टेयरिंग स्टेयरिंग मैं कल पाउडर गुरजीत तो लियाए थे रात तो आप साफ कर दें चल के बाकी ले आ यार चक के गोटी तो चक के आप फिर स्टेयरिंग खोल के कर दे साफ तो दिखाने थोनू ओरिजिनल स्टेयरिंग कढ़ लिया से यह हूँ आप कर देना तो आ दूजा कढ़ लेना तो इनू साफ कर दे क्योंकि बुद्धे ने लैके जाना माड़ा काम नू तो आह कस के तो कर लूगा जानू आप साफ कर लेंगे ये चक बई चाबी समान समून अपना ओके है सारा आ देखो बुरश बुरश लिया पाया खोलोंगे जे अज जोर देख दें फिर कम हो गया गोटी रह गई छोटी तो हूँ आप लैके आनी है 26 नंबर 26 या 27 नंबर गड्डे चलते हैं तो फड़ के लिया उन्होंने तो दिखाने चलो स्टेयरिंग ला लिया तो दूजा फिट करता बुद्धा हूँ समान जहा लैन जाता जानू आप साफ करते हैं तो आ 27 नंबर जमा ही लोट आ गई सी तो
कहते पेस्ट आप बना लिया तो आ देखो इन्ना इन्ना लाता तो हजे करते हैं इनू फिर ए ला के आप 10 मिनट छड़ देना अं बेल ही तो फिर आप साफ सूफ पूरा ए चमका के रगड़ के फिर लावे उत्ते दिखावे थोनों कहते सारे स्टेयरिंग आप पाउडर जहा मलता क्रीम मतलब कह लो हालत देखो इतने किमें साडे उत्ते भी पै गया हट जा हूँ भज गया वो भी लिबड़ गया तो पूरा एन आप साफ करता तो हूँ इन 10 मिनट लिए सुक लैन दो फिर आप पूरा एन चमका देना बाकी जिनी क पेस्ट बची सी ये लाती देखो यदा माड़ा जंग जहा फट गया सीगा स्टेयरिंग ते हूँ सुक लैन दो फिर आप साफ करते हैं आओ जी इधर देखो तुम जमा ही जंग लै गया हो गया ना जमा ही साफ एन सिरा निकलिया या जे पठाई टुटगी कोई नहीं नमी ला दें तो बाकी आ देखो मूहे इतने थोड़ू मैं दिखाया से पहला देखो कि जमा ही एन चमकदार निकलिया आ देख लो मूँह दीदा ना मैं जो बिगा जहा तो बाकी गलबात ओके हो गई स्टेयरिंग भी 10 मिनट हो गए लगे नू तो वो भी आप हम लाने दिखाने निकलिया जमा ही साफ बहुत आओ जी कहते उतो आप जमा ही साफ कर लिया तो हूँ इतने लगते हैं बाकी देखियो हूँ मैं कि पासा ही पासा करते हैं वो देखो जंग दीदा ना ये सारा हूँ देखियो ये मलना बहुत पैना आप ये सब तो वधिया काम होंगे लीड का हूँ कित जगह मिल जाए अपन भी कित स्टेयरिंग फसा दिए चल चलो फिर आप थोड़ा जहा साफ करके फिर दिखाने थोनू क्योंकि स्टेयरिंग फटना पैना हूँ कल्ले बंदे का काम है नहीं दो बंदे का जी मैनू अद्धा घंटा हो गया हजे सिर्फ एक दो तीन चार चार पाँच होए ने पाँच साफ हो हजे थी तो सारे पे आ बाकी हिसाब ना देख लो कि टाइम लगू तो चलो कर दे बाकी देखो साफ हो ही जाते हैं ऊँ थोड़ा थोड़ा तो रहूगा वो तो चलो हूँ की कर सकते हो बाकी ऊँ साफ हो गए खासे साफ हो गए बाकी सारा एन चमका के फिर मिलते हैं थोनू तो देखो मैं पैर दबया हुआ पैर के नाल भी हिले ना स्टेयरिंग तो पूरा एन चमका के फिर मिलते हैं थोनू तो दिखाने फिर गंद गुंद पूरा पिया हो देखो देखो जी हूँ शस्त्र व्डा ही कड़ लिया ये देखो जंग लगा तो बाकी झरीटा तो बचा रखना पैना चलो देखते हैं लो जी वैसे देखो बुरश ना खासा बारों बारों बार साफ हो गया जोड़ा बिच वाला इन हूँ मैं बाँह वाली रस्सी मंगाई आदि साफ करा सौखा हो तो बुद्धा लेके आ दिखाने थोनू तो बाकी कर देना अच्छ साफ तो ही देखते जायो बाकी स्टेयरिंग तो आही औखा जंग बाली छेती फटते हैं कोई नहीं आप कर दें कोई हल तो दिखाने थोनू नाल दी नाल ते दूजा स्टेयरिंग ट्रैक्टर आ गया वो स्टेयरिंग लाने दोबारे कसते हैं इनू जी आई ली सूत वाली रस्सी तो ये बुद्धा कहना सौखा लै जू तो हूँ आपू कर दिए सीधा करके ला के देखते हैं आ देखो इधर किन्ना जंग तो इतों आप लाता फर्क देखो देखो इधर किन्ना जंग आ जमा ही साफ होया पाया तो चलो फिर हूँ लाने तो दिखाने थोड़ू नाल दी नाल लाओ जी आ देखो इधर आ होंगे ने जगाड़ देखो उपरों बर्श कट के देखो हूँ किन्ना वधिया साफ करता है तो बाकी मैं ये फेर के दिखाना थोनू तो आ देखो हूँ देख लो खड़ जो एक मिनट फिलहाल आ देखो आई ये आप थोनू फेर के दिखाने हूँ देख लो तो हूँ मैं फेर के फिर थोनू दिखा भी किन्ना साफ हों जी फर्क देखो देखो जमा ही एन साफ निकलिया आ तो माड़ा मोटा लगे उन्ना का हूँ आप करके ही सकते हैं तो बाकी होर भी आ देखो गांह भी सारे साफ करते हैं तो पूरा एन चमका के मिलते हैं जगाड़ अपना काम कर रहे वैसे तो कुछ कहते स्टेयरिंग का काम निबड़ गया सारा अपना जगाड़ जहा काम कर गया खासा हाँ देखो हूँ तो लगभग साफ ही आ बाकी इदू बद साफ आप कर नहीं सकते बहुत मैनू तो कद्दा लग्या हुआ मैं साफ कर इतों रह गया इतों का आप कर दें थोड़ा जहा फिर कस दें वे तो दिखाने थोड़ा वो जी कहते स्टेयरिंग वो पाता सुकना कंध से देखो लमकदा तो बाकी आ देखो कि समान सारा मसा पूरा एन लोड काम आया तो हूँ जॉन्डियर वाला सिंपल स्टेयरिंग लगे मैं दिखा बुरी हालत हुई पी आ स्टेयरिंग जी देखो कुड्डा बड़ा उपरा उपरा जहा लगता ये ना तो देखो किड्डा किड्डा स्टेयरिंग कोई नहीं ये भी आप हूँ लवेंगे काम से यदा भी कुछ करते हैं तो बाकी पहला वो स्टेयरिंग आप सुखा के ये कर दी फिर दिखाने थोनों आप इधर मूँह करके ला लिया ट्राली उधर लाती तो हूँ आ स्टेयरिंग लाने तो दिखाने फिर थोनों चकले कहते आप हथियार चलो हूँ लाइए तो लो जी बाकी आ कर दिए
ਰੱਖ ਦੇ ਵਰਜਾਈ ਨਹੀਂ ਲਿਆ ਇਹਦਾ ਉੱਤੇ ਵਾਲਾ ਮੁੱਦੇ ਨੇ ਗੂੰਦ ਕਰਨ ਤਾਂ ਨਹੀਂ ਲਾਤੀ ਕਿਤੇ ਅਤੇ ਹੁਣ ਆਪਾਂ ਨੂੰ ਆਹ ਪੱਤੀ ਕੱਢਣੀ ਪਊ ਫਿਰ ਖੁੱਲੂਗਾ ਇਹ ਨੀਂਦੀ ਆ ਆਹ ਦੇਖੋ ਆਹ ਪੱਤੀ ਆ ਨਾ ਇਹ ਆਪਾਂ ਨੂੰ ਪੇਚ ਕਸ ਨਾ ਥੱਲੇ ਕਰਨੀ ਪਊ ਸੌਖੀ ਹੋ ਜਾਂਦੀ ਹੈ ਤਾਂ ਦੇਖੋ ਹੋ ਗਈ ਅਤੇ ਬਾਕੀ ਹੁਣ ਇਹਨੂੰ ਕੱਢਦੇ ਹਾਂ ਨਾਟ ਖੋਲ੍ਹਦੇ ਅਤੇ ਦਿਖਾਉਂਦੇ ਹਾਂ ਤੁਹਾਨੂੰ ਇੰਨਾ ਸੌਖਾ ਖੁੱਲ੍ਹ ਹੱਥ 'ਤੇ ਲਾਦਾ ਪੇਜ ਅਤੇ ਚਲੋ ਹਿਸਾਬ ਨਾਲ ਤਾਂ ਇਹ ਘੁੰਮ ਇਕੱਲੇ ਨੇ ਖੋਲ੍ਹ ਦੇਣਾ ਮੈਂ ਦੇਖਦਾ ਜਾਂ ਸਟੇਰਿੰਗ ਹੀ ਘੁੰਮੀ ਜ਼ੋਰ ਮਿਲਿਆ ਖੋਲ੍ਹ ਗਿਆ ਲਾਓ ਕਿਉਂ ਮੰਨਦਾ ਫਿਰ ਦੇਖੋ ਜ਼ੋਰ ਦੇਖੋ ਕਹਿੰਦੇ ਜ਼ੋਰ ਹੁਣ ਥੋੜ੍ਹੀ ਐਡੇ ਐਡੇ ਡੋਲੇ ਕੀਤੇ ਆ ਹੁਣ ਤਾਂ ਜਦੋਂ ਪਹਿਲੀ ਵਾਰ ਇਹ ਲਾਉਣਾ ਸੀ ਬਹੁਤ ਜ਼ਿਆਦਾ ਔਖਾ ਲੱਗੇ ਲਹਿਆ ਸੀ ਕਿਉਂਕਿ ਜੰਗ ਲੱਗਿਆ ਹੋਇਆ ਸੀਗਾ ਵਿੱਚ ਦੌੜ ਵੀ ਅੜ ਗਿਆ ਲਾ ਹੋ ਗਿਆ ਉਹੀ ਕੰਮ ਅਤੇ ਚਲੋ ਜੀ ਹੁਣ ਇਹ ਲਾ ਕੇ ਮਿਲਦੇ ਹਾਂ ਫਿਰ ਦਿਖਾਉਂਦੇ ਹਾਂ ਤੁਹਾਨੂੰ ਅੜ ਚੁੱਕਿਆ ਸਟੇਅਰਿੰਗ ਪੂਰੀ ਤਰ੍ਹਾਂ ਉਹ ਜੀ ਸਟੇਅਰਿੰਗ ਤਾਂ ਹਾਲੇ ਹਾਂ ਨਹੀਂ ਅਤੇ ਬਾਕੀ ਹੁਣ ਸਾਨੂੰ ਕੰਮ ਜਿਹਾ ਆ ਗਿਆ ਸੀ ਇੱਕ ਅਤੇ ਸਟੇਅਰਿੰਗ ਆ ਕੇ ਲਾਉਂਦੇ ਹਾਂ ਅਤੇ ਉਹ ਦੂਜਾ ਸਾਨੂੰ ਸੁੱਕ ਵੀ ਜਾਊਗਾ ਉਹ ਦੇਖੋ ਧੁੱਪੇ ਪਾਇਆ ਹੋਇਆ ਅਤੇ ਬਾਕੀ ਚਲੋ ਜੀ ਆਪਾਂ ਅੱਜ ਦਾ ਵਲੋਗ ਰੀਐਂਡ ਕਰਦੇ ਹਾਂ ਸਭ ਨੂੰ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ।